ਲੋਕ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਅਤੇ ਫਤਿਹਗੜ੍ਹ ਸਾਹਿਬ ਦੀ ਸੀਟ ਹੈ ਜਿਹੜੀ ਉਹ ਕਾਂਗਰਸ ਦੀ ਝੋਲੀ 'ਚ ਜਾਂਦੀ ਨਜ਼ਰ ਆ ਰਹੀ ਹੈ। ਐਗਜ਼ਿਟ ਪੋਲ ਦੇ ਜਿਹੜੇ ਨਤੀਜੇ ਸੀਗੇ ਉਹ ਕਿਤੇ ਨਾ ਕਿਤੇ ਸਾਫ਼ ਹੋ ਰਹੇ ਨੇ ਅਤੇ ਸਾਡੇ ਨਾਲ ਮੌਜੂਦ ਨੇ ਕੈਂਡੀਡੇਟ ਡਾਕਟਰ ਅਮਰ ਸਿੰਘ ਜੀ। ਅਮਰ ਸਿੰਘ ਜੀ, ਤੁਸੀਂ ਕਿਵੇਂ ਵੇਖਦੇ ਹੋ ਕਿ ਰੁਝਾਨ ਜਿਹੜੇ ਨੇ ਉਹ ਤੁਹਾਡੇ ਹੱਕ 'ਚ ਆ ਰਹੇ ਨੇ ਅਤੇ ਤੁਹਾਨੂੰ ਕੀ ਲੱਗਦਾ ਰੁਝਾਨ ਨਤੀਜਿਆਂ 'ਤੇ ਬਦਲਣਗੇ? ਦੇਖੋ, ਲੱਗਦਾ ਤਾਂ ਇਵੇਂ ਹੀ ਆ, ਜੇ 2.5 ਲੱਖ ਵੋਟ ਦੀ ਕਾਊਂਟਿੰਗ ਹੋਈ ਆ, 10 ਲੱਖ ਦੀ ਹੋਣੀ ਆ, ਲੱਗਦਾ ਤਾਂ ਇਹੀ ਆ ਕਿ ਰੁਝਾਨ ਜਾਰੀ ਰਹੂਗਾ ਔਰ ਕਾਂਗਰਸ ਪਾਰਟੀ ਔਰ ਮੈਂ ਇਸ ਸੀਟ ਨੂੰ ਜਿੱਤਾਂਗੇ ਔਰ ਮਾਰਜਨ 80 ਤੋਂ ਉੱਪਰ ਜਾਊਗਾ, 70-80 ਆ। ਅਤੇ ਵੱਡੇ ਮਾਰਜਨ ਤੋਂ ਤੁਸੀਂ ਕਹਿ ਰਹੇ ਹੋ ਤੁਹਾਡੀ ਦਾਅਵੇਦਾਰੀ ਹੈ ਇਸ ਸੀਟ 'ਤੇ, ਜੇ ਤੁਸੀਂ ਜਿੱਤ ਜਾਂਦੇ ਹੋ, ਜੇ ਤੁਸੀਂ MP ਬਣ ਜਾਂਦੇ ਹੋ ਇੰਦਰ ਦੇ, ਤੁਹਾਡੇ ਕੀ ਕੁਛ ਏਜੰਡਾਜ਼ ਰਹਿਣਗੇ? ਦੇਖੋ, ਉਹ ਤਾਂ ਅਸੀਂ ਆਪਣੇ ਭਾਸ਼ਣਾਂ 'ਚ ਕਹਿੰਦੇ ਰਹੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਫਤਿਹਗੜ੍ਹ ਸਾਹਿਬ ਜਿਹੜੀ ਪਵਿੱਤਰ ਧਰਤੀ ਆ ਉਹਦੀ ਸੇਵਾ ਕਰਨੀ ਹੈ, ਇਹਨੂੰ ਇਹਦੇ ਲਈ ਬਹੁਤ ਸਾਰਾ ਕੰਮ ਮੇਰੇ ਮਨ 'ਚ ਹੈਗਾ। ਫਿਰ ਇਸ ਹਲਕੇ ਦਾ ਵਿਕਾਸ ਹੈ, ਅਨਇੰਪਲੋਇਮੈਂਟ, ਬੇਰੁਜ਼ਗਾਰੀ ਆ, ਕਿਸਾਨਾਂ ਦੀ ਸਮੱਸਿਆ, ਬਹੁਤ ਸਾਰੀਆਂ ਸਮੱਸਿਆ, ਉਹ ਸਾਰੀਆਂ ਨੂੰ ਟੇਕਅਪ ਕਰਾਂਗੇ ਜੀ, ਰਿਜ਼ਲਟ ਤੋਂ ਬਾਅਦ ਜ਼ਰੂਰ ਟੇਕਅਪ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ 13 ਦੀ 13 ਸੀਟਾਂ 'ਤੇ ਦਾਅਵੇਦਾਰੀ ਹੈ, ਲੇਕਿਨ 8 ਸੀਟਾਂ ਦੇ ਉੱਤੇ ਹਜੇ ਤੱਕ ਰੁਝਾਨ ਸਾਹਮਣੇ ਆ ਰਹੇ ਨੇ ਕਿ ਕਾਂਗਰਸ ਅੱਗੇ ਲੀਡ 'ਤੇ ਚੱਲ ਰਹੀ ਹੈ, ਬਾਕੀ ਜਿਹੜੇ ਸੀਟਸ ਨੇ ਉਹਨਾਂ 'ਤੇ ਹਜੇ ਤੱਕ ਲੀਡ 'ਚ ਨਹੀਂ ਹੈ ਕਾਂਗਰਸ। ਯਾਰ, ਇਹ ਤਾਂ ਹੁਣ ਵੇਟ ਕਰੀਏ, ਆਪਾਂ 3-4 ਵਜੇ ਤੱਕ ਵੇਟ ਕਰੀਏ, ਇੰਨਾ ਟੂ ਅਰਲੀ ਹੁੰਦਾ ਹੈਗਾ। ਮੈਂ ਤਾਂ ਆਪਣੇ ਲਈ ਵੀ ਤੁਹਾਨੂੰ ਕਹਿ ਰਿਹਾ ਕਿ ਟੂ ਅਰਲੀ ਵੇਟ ਕਰੀਏ। ਕੰਪੀਟੀਸ਼ਨ ਇੱਥੇ ਇਸ ਸੀਟ 'ਤੇ ਤੁਸੀਂ ਕਿਹਨੂੰ ਮੰਨਦੇ ਹੋ? ਕੰਪੀਟੀਸ਼ਨ ਤਾਂ ਨੰਬਰ 2 ਜਿਹੜੇ ਆ ਰਹੇ ਉਹਨਾਂ ਨਾਲ ਹੀ ਆ ਭਾਈ। ਅਤੇ ਆ ਸੀਗੇ ਸਾਡੇ ਨਾਲ ਕੈਂਡੀਡੇਟ ਕਾਂਗਰਸ ਤੋਂ ਫਤਿਹਗੜ੍ਹ ਸਾਹਿਬ ਲਈ, ਫਤਿਹਗੜ੍ਹ ਸਾਹਿਬ ਦੀ ਸੀਟ ਲਈ ਕੈਂਡੀਡੇਟ ਡਾਕਟਰ ਅਮਰ ਸਿੰਘ, ਜਿਨ੍ਹਾਂ ਦੇ ਪਾਰਟੀ ਦੇ ਕਾਰਜਕਰਤਾ ਕਿਤੇ ਨਾ ਕਿਤੇ ਸੈਲੀਬ੍ਰੇਸ਼ਨ ਤਾਂ ਸ਼ੁਰੂ ਕਰ ਹੀ ਚੁੱਕੇ ਨੇ, ਕਿਉਂਕਿ ਕਾਫੀ ਲੀਡ 'ਤੇ ਚੱਲ ਰਹੇ ਨੇ ਡਾਕਟਰ ਅਮਰ ਸਿੰਘ। ਅਤੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਜਿਹੜੇ ਨਤੀਜੇ ਆ ਰਹੇ ਨੇ, ਇਹ ਜਿਹੜੇ ਰੁਝਾਨ ਆ ਰਹੇ ਨੇ, ਇਹ ਨਤੀਜਿਆਂ 'ਚ ਬਦਲਣਗੇ ਜਾਂ ਨਹੀਂ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਫਤਿਹਗੜ੍ਹ ਸਾਹਿਬ।